ਬਰਗਾੜੀ ਵਿਖੇ ਸਿੱਖਾਂ ਦੇ ਸ਼ਾਂਤੀਪੂਰਵਕ ਹੋਏ ਭਾਰੀ ਇਕੱਠ ਦੇ ਕੁਝ ਦਿਨਾਂ ਬਾਅਦ ਹੀ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਇਹ ਪੁਰਾਣਾ ਵੀਡੀਓ ਕਥਿਤ ਤੌਰ ਤੇ ਉਸਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ। ਇਸ ਵੀਡੀਓ ਵਿੱਚ ਸੂਰੀ ਵੱਲੋਂ ਸਿੱਖਾਂ ਹੀ ਨਹੀਂ ਬਲਕਿ ਮੁਸਲਮਾਨਾਂ ਦੇ ਵਿਰੁੱਧ ਵੀ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਤੁਸੀਂ ਵੀ ਦੇਖੋ ਸੂਰੀ ਦਾ ਇਹ ਵਿਵਾਦਿਤ ਵੀਡੀਓ। ਮੈਂ ਇਹਨਾਂ ਨੂੰ ਦੱਸਿਆ ਸੀ ਕਿ ਤੁਹਾਡੀਆਂ 10 ਪਾਤਸ਼ਾਹੀਆਂ ਦੇ ਜਿੰਨੇ ਵੀ ਸੈਨਾਪਤੀ ਰਹੇ ਨੇ, ਜਿਨ੍ਹਾਂ ਨੂੰ ਅੱਜ ਕੱਲ੍ਹ ਜਨਰਲ ਵੀ ਕਿਹਾ ਜਾਂਦਾ, ਉਹ ਸਾਰੇ ਹਿੰਦੂ ਸੀ, ਬ੍ਰਾਹਮਣ ਸੀਗੇ। ਉਹਨਾਂ ਨੇ ਤੁਹਾਡੇ ਗੁਰੂਆਂ ਨੂੰ ਲੜਾਈ ਲੜਨ ਦੀ ਸਿੱਖਿਆ ਤੱਕ ਦਿੱਤੀ ਹੋਈ, ਉਹ ਬ੍ਰਾਹਮਣ ਸੀਗੇ। ਲੇਕਿਨ ਦੋਸਤੋ, ਇਹਨਾਂ ਦੇ ਖਾਨਿਆਂ ਚ ਗੱਲ ਨਹੀਂ ਵੜਦੀ। ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ, ਇੱਕ ਮਹੀਨੇ ਦੀ ਮੈਂ ਸੈਰ ਕਰਕੇ ਆਇਆ ਸੀਗਾ, ਸਿਰਫ 2% ਤੇ ਮਸਲ ਮੁਸ਼ਕਲ ਨਹੀਂ ਹੈਗੇ ਸਾਡੇ ਲਈ, ਜੇ ਅਸੀਂ ਸਾਰੇ ਇੱਕ ਹੋ ਜਾਈਏ ਤੇ। 80-85% ਹਿੰਦੂ ਆ ਸੀ, 80-85% 15% ਦੂਸਰੇ ਨੇ। ਇਹ ਤਾਂ ਰਹੀ ਖਾਲਿਸਤਾਨੀਆਂ ਦੀ ਗੱਲ ਕਿ ਸਾਡੇ ਜੋ ਨਿਕਲ ਗਏ ਤਾਂ ਸਾਨੂੰ ਹੀ ਲਲਕਾਰਦੇ ਨੇ। ਮੁਸਲਮਾਨਾਂ ਨੂੰ ਲੱਲੋ, ਉਹਨਾਂ ਲਈ ਮੈਂ ਇੰਡੀਆ ਟੀਵੀ ਤੇ ਦੇਖਿਆ, ਬੋਲ ਰਿਹਾ ਸੀਗਾ ਕਿ ਅਸੀਂ ਤੁਹਾਡੇ ਘਰਾਂ ਦੇ ਵਿੱਚ ਵੜ ਕੇ ਨਮਾਜ਼ ਪੜ੍ਹਨੀ ਹੈ, ਮੋਦੀ ਸਰਕਾਰ ਨੂੰ ਟੇਕ ਲੈਣ ਦਿਓ। ਸਾਰੇ ਮੋਦੀ ਸਰਕਾਰ ਤੇ ਬੜੀ ਦੂਰ ਦੀ ਗੱਲ ਹੈ, ਜਿੰਨੀ ਦੇਰ ਤੇਰਾ ਪਿਓ ਖਲੋਤਾ ਸੂਰੀ ਸਾਹਮਣੇ ਤੇ ਭੁੱਲ ਜਾ। ਮੈਨੂੰ ਮੇਰੇ ਯਾਰ ਦੋਸਤ ਭਰਾ ਪ੍ਰਧਾਨ ਜਿੰਨੇ ਮੇਰੇ ਸੀਨੀਅਰ ਵੀ ਬੈਠੇ ਨੇ, ਮੈਨੂੰ ਕਹਿੰਦੇ ਨੇ ਕਿ ਤੂੰ ਬੋਲਣ ਲੱਗਿਆ ਦੇਖਦਾ ਨੀ ਕੀ ਬੋਲ ਜਾਂਦਾ। ਪਰ ਮੈਂ ਦੋਸਤੋ ਕੀ ਕਰਾਂ, ਤੁਹਾਡਾ ਪਿਆਰ ਦੇਖ ਕੇ ਮੇਰੇ ਚ ਨਿੱਕ ਤਕਬਾਜੀ ਵੀ ਸਾਹਮਣੇ ਖੜੇ ਬੰਦੇ ਮੁੱਲਾ ਹੋਵੇ ਜਾਂ ਕੋਈ ਖਾਲਿਸਤਾਨੀ ਹੋਵੇ, ਵੜ ਜਾਣਾ ਨੂੰ ਮੈਂ। ਮੈਨੂੰ ਸਿਰਫ ਤੁਹਾਡਾ ਸਾਥ ਚਾਹੀਦਾ, ਸਿਰਫ ਸਾਥ, ਕਿਸੇ ਚੀਜ਼ ਦੀ ਲੋੜ ਨੀ, ਸਿਰਫ ਸਾਥ। ਕੰਧਾ ਨਾ ਕੰਧਾ ਮਿਲਾ ਕੇ ਖਲੋ ਜਾਓ, ਰਗੜ ਕੇ ਰੱਖ ਦਿਆਂਗੇ, ਜੋ ਹੈਗਾ ਸਭ ਦੇਖਿਆ ਜਾਏਗਾ। ਯੂਪੀ ਗਏ ਕਾਸਗੰਜ, ਮੇਰੇ ਨਾਲ ਲਾਲੀ ਜੀ ਸੀਗੇ, ਹਰਦੀਪ ਸ਼ਰਮਾ ਜੀ ਕਰਨ ਸੈਨਾ ਤੋਂ। ਲੇਕਿਨ ਸਰਕਾਰ ਨੇ ਸਾਨੂੰ ਉੱਥੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਤੋਂ ਮਨਾ ਕਰਾ ਦਿੱਤਾ, ਬਾਰਡਰ ਤੇ ਰੋਕ ਦਿੱਤਾ ਗਿਆ। ਲੇਕਿਨ ਮੈਂ ਤੁਹਾਡਾ ਅਮੀਰ ਪੰਜਾਬੀ ਸੂਰੀ ਪੜ੍ਹਨੇ ਯੂਪੀ ਸਰਕਾਰ ਨੂੰ ਵੀ ਪਾਤਾ ਇੱਕ ਵਾਰੀ ਕਿ ਹੋ ਕੀ ਗਿਆ। ਬਕਾਇਦਾ ਮਿਲਾ ਕੇ ਹੀ ਉਹਨਾਂ ਸਾਨੂੰ ਭੇਜਿਆ। ਲੇਕਿਨ ਉਹਨਾਂ ਨੂੰ ਇੱਕ ਚੀਜ਼ ਦੱਸਦੀ ਕਿ ਜੇ ਤੁਸੀਂ ਸਾਡਾ ਮੁਸਲਮਾਨੋ, ਖਾਲਿਸਤਾਨੀ, ਇੱਕ ਮਾਰੋਗੇ ਤੁਹਾਡੇ 10 ਮਾਰਾਂਗੇ, ਤੁਸੀਂ 10 ਮਾਰੋਗੇ ਤੁਹਾਡੇ 1000 ਮਾਰਾਂਗੇ। ਭਾਵੇਂ ਕਿ ਸੁਧੀਰ ਸੂਰੀ ਇਸ ਸਮੇਂ ਕਿਸੇ ਮਾਮਲੇ ਨੂੰ ਲੈ ਕੇ ਜੇਲ੍ਹ ਵਿੱਚ ਹੈ, ਪਰ ਉਸਦੇ ਇਸ ਪੁਰਾਣੇ ਵੀਡੀਓ ਨੂੰ ਕਥਿਤ ਤੌਰ ਤੇ ਉਸਦੇ ਸਮਰਥਕਾਂ ਵੱਲੋਂ ਅਜਿਹੇ ਸਮੇਂ ਫਿਰ ਤੋਂ ਵਾਇਰਲ ਕੀਤਾ ਜਾ ਰਿਹਾ, ਜਦੋਂ ਕੁਝ ਦਿਨ ਪਹਿਲਾਂ ਹੀ ਬਰਗਾੜੀ ਵਿਖੇ ਸਿੱਖਾਂ ਦਾ ਭਾਰੀ ਇਕੱਠ ਹੋਇਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਕੀਤਾ ਗਿਆ ਸੀ। ਦੱਸ ਦਈਏ ਕਿ ਹਿੰਦੂ ਨੇਤਾ ਸੁਧੀਰ ਸੂਰੀ ਅਕਸਰ ਹੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਲੈ ਕੇ ਬਿਆਨ ਦਿੰਦੇ ਰਹਿੰਦੇ ਹਨ। ਹੁਣ ਮੰਨਿਆ ਜਾ ਰਿਹਾ ਕਿ ਇਸ ਵੀਡੀਓ ਨੂੰ ਕਥਿਤ ਤੌਰ ਤੇ ਬਰਗਾੜੀ ਵਿਖੇ ਭਾਰੀ ਇਕੱਠ ਤੋਂ ਉਤਸ਼ਾਹਿਤ ਹੋਏ ਖਾਲਿਸਤਾਨੀਆਂ ਨੂੰ ਜਵਾਬ ਦੇਣ ਦੇ ਮੰਤਵ ਨਾਲ ਸੋਸ਼ਲ ਮੀਡੀਆ ਤੇ ਪਾਇਆ ਗਿਆ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸੂਰੀ ਦੀ ਇਸ ਵੀਡੀਓ ਤੋਂ ਬਾਅਦ ਸਿੱਖ ਆਗੂਆਂ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ। ਚਲੋ ਵੀ ਆਸਟ੍ਰੇਲੀਆ, 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 ਸਿਡਨੀ, ਮੈਲਬੋਰਨ, ਸਿਡਨੀ, ਮੈਲਬੋਰਨ।
ਆਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5.5 ਬੈਂਡ ਹੈ। 5.5 ਬੈਂਡ ਥੋੜੇ ਹੁੰਦੇ? ਚੱਲ ਚੱਲ 5.5 ਬੈਂਡ ਨਾਲ ਛੱਡੀ ਦੀ, ਚੱਲ ਚਲੋ ਆਸਟ੍ਰੇਲੀਆ। ਜਾਣਾ ਤਾਂ ਮੈਲਬਰਨ ਹੈ, ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ, 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ, ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ। ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬਰਨ ਜਾਣਾ ਜੀ, ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ? ਉਹ ਕਾਲੇ ਤਾਂ ਪਹਿਨੇ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 7374-75, ਸੈਕਟਰ 17D, ਚੰਡੀਗੜ੍ਹ। ਕੰਟੈਕਟ 0181-5044-999।